ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई की जाएगी। ਸਤਿ ਸ਼੍ਰੀ ਅਕਾਲ ਜੀ, ਮੈਂ ਯੁਵਰਾਜ ਸਿੰਘ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਅਨਾਲਿਸਿਸ ਦੇ ਵਿੱਚ। ਭਾਰਤ ਦੀ ਸੁਪਰੀਮ ਕੋਰਟ ਨੇ ਸਰਕਾਰ ਵੱਲੋਂ ਲਗਾਈ ਕੈਟਲ ਟ੍ਰੇਡ ਦੇ ਉੱਤੇ ਰੋਕ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਲੈਦਰ ਅਤੇ ਮੀਟ ਇੰਡਸਟਰੀ ਨੇ ਬਹੁਤ ਰਾਹਤ ਮਹਿਸੂਸ ਕੀਤੀ ਹੈ। ਇਸ ਬਾਰੇ ਹੋਰ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਹਨ ਸਾਡੇ ਪ੍ਰਾਈਮ ਵਿਸ਼ਲੇਸ਼ਕ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸੁਪਰੀਮ ਕੋਰਟ ਦਾ ਅੱਜ ਕੀ ਫੈਸਲਾ ਆਇਆ ਹੈ ਅਤੇ ਇਸ ਨਾਲ ਅੱਗੇ ਕੀ ਹੋ ਸਕਦਾ ਹੈ? ਹਾਂ ਯੁਵਰਾਜ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਪ੍ਰਾਈਮ ਅਨਾਲਿਸਿਸ ਦੇ ਵਿੱਚ ਮੇਰੇ ਨਾਲ ਆਏ ਹੋ ਅਤੇ ਪਹਿਲੀ ਵਾਰ ਆਏ ਹੋ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸ਼ੁਕਰੀਆ ਅਤੇ ਤੁਸੀਂ ਬਹੁਤ ਵਧੀਆ ਅੱਗੇ ਕਰ ਸਕੋਗੇ। ਪਹਿਲੀ ਗੱਲ ਤਾਂ ਕਿ ਜਿਸ ਤਰ੍ਹਾਂ ਦੀ ਸਾਡੇ ਕੋਲ ਖਬਰ ਆ ਰਹੀ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਮੁਅੱਤਲ ਕਰ ਦਿੱਤਾ ਉਹ ਫੈਸਲਾ ਜਿਹੜਾ ਭਾਰਤ ਦੀ ਸਰਕਾਰ ਨੇ ਕੀਤਾ ਸੀ। ਭਾਰਤ ਦੀ ਸਰਕਾਰ ਨੇ 23 ਮਈ ਨੂੰ ਇੱਕ ਫੈਸਲਾ ਕੀਤਾ ਸੀ। ਉਸ ਫੈਸਲੇ ਦੇ ਵਿੱਚ ਇਹ ਕਿਹਾ ਸੀ ਕਿ ਕੋਈ ਵੀ ਵਪਾਰ ਨਹੀਂ ਕੀਤਾ ਜਾ ਸਕਦਾ ਕੈਟਲ ਦਾ ਜਿਹਦੇ ਨਾਲ ਕਿ ਉਹਨੂੰ ਸਲੋਟਰ ਹਾਊਸ ਦੇ ਵਿੱਚ ਲਿਜਾਇਆ ਜਾ ਸਕਦਾ ਹੋਵੇ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ 8 ਪੇਜ ਦਾ ਆਪਣਾ ਇੱਕ ਡਿਸੀਜਨ ਦਿੱਤਾ ਸੀ, ਆਪਦੇ ਤੌਰ ਦੇ ਉੱਤੇ ਰੂਲ ਬਣਾ ਦਿੱਤਾ ਸੀ ਸਰਕਾਰ ਨੇ ਕਿ ਭਾਰਤ ਦੇ ਵਿੱਚ ਪਸ਼ੂਆਂ ਦੀ ਪ੍ਰੋਟੈਕਸ਼ਨ ਦੇ ਲਈ 1961 ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ, ਉਸ ਦੇ ਅਧੀਨ ਹੀ ਇਹਨਾਂ ਨੇ ਫੈਸਲਾ ਸੁਣਾਇਆ ਸੀ ਕਿ ਮੰਡੀਆਂ ਦੇ ਵਿੱਚੋਂ ਤੁਸੀਂ ਮੱਝਾਂ ਨੂੰ, ਗਊਆਂ ਨੂੰ ਜਾਂ ਟੱਟਿਆਂ ਨੂੰ ਜਾਂ ਕੱਟਿਆਂ ਬੱਚਿਆਂ ਨੂੰ ਨਹੀਂ ਲਿਜਾ ਸਕਦੇ ਸਲੋਟਰ ਹਾਊਸ ਦੇ ਵਿੱਚ। ਈਵਨ ਉਹਦੇ 'ਚ ਕੈਮਲ ਜਾਂ ਊਠ ਵੀ ਸ਼ਾਮਲ ਸੀ। ਤਾਂ ਇਹਦੇ 'ਤੇ ਬਹੁਤ ਸਾਰੀਆਂ ਨਵੀਆਂ ਪਾਬੰਦੀਆਂ ਲੱਗ ਗਈਆਂ ਜਿਹਦੇ ਨਾਲ ਜਿਹੜਾ ਵਪਾਰ ਸੀ, ਉਦਯੋਗ ਸੀ, ਖਾਸ ਤੌਰ 'ਤੇ ਲੈਦਰ ਦਾ ਉਦਯੋਗ ਅਤੇ ਮੀਟ ਦਾ ਉਦਯੋਗ, ਇਹਦੇ 'ਚ ਬਹੁਤ ਘੁੱਟਣ ਮਹਿਸੂਸ ਕਰਦਾ ਸੀ, ਇਹਦੇ 'ਚ ਬਹੁਤ ਕਮੀ ਆ ਗਈ ਸੀ। ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ 40% ਉਦਯੋਗ ਇਹਦੇ 'ਚ ਫੇਲ ਹੋ ਗਿਆ ਸੀ, ਇਹ ਮੰਨਿਆ ਜਾ ਰਿਹਾ। ਤਾਂ ਹੁਣ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਰੋਕ ਲਾ ਦਿੱਤੀ ਹੈ, ਭਾਵ ਸਰਕਾਰ ਦੇ ਨਿਯਮ ਜਾਂ ਸਰਕਾਰ ਦੇ ਹੁਕਮ ਦੇ ਉੱਤੇ ਰੋਕ ਲੱਗ ਗਈ ਹੈ। ਹੁਣ ਮੰਡੀਆਂ ਦੇ ਵਿੱਚੋਂ ਇਹ ਜਿਹੜੇ ਸਲੋਟਰ ਹਾਊਸਿਸ ਵਾਲੇ ਨੇ, ਇਹ ਇਸੇ ਤਰ੍ਹਾਂ ਨਾਲ ਕੈਟਲ, ਮੱਝਾਂ, ਜਿੰਨੇ ਵੀ ਹੋਰ ਪਸ਼ੂ ਨੇ, ਮੱਝਾਂ ਖਾਸ ਤੌਰ 'ਤੇ ਜਾਂ ਕੱਟੇ ਬੱਚੇ, ਇਹਨਾਂ ਨੂੰ ਲਿਜਾ ਸਕਣਗੇ, ਤਾਂ ਇਹ ਰੋਕ ਦਾ ਇਹ ਅਸਰ ਹੋਣਾ ਮੇਨ ਰੂਪ ਦੇ ਵਿੱਚ। ਦੂਜੀ ਇਹ ਰੋਕ ਜਿਹੜੀ ਲਾਈ ਹੈ, ਇਸ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਇੱਕ ਰੋਕ ਲਾਈ ਸੀ 3 ਹਫ਼ਤਿਆਂ ਦੇ ਲਈ, ਇਹ ਉਹਦਾ ਉਹਨੂੰ ਐਕਸਟੈਂਡ ਕੀਤਾ ਸੁਪਰੀਮ ਕੋਰਟ ਨੇ। ਮਦਰਾਸ ਹਾਈ ਕੋਰਟ ਨੇ ਵੀ ਇਹੀ ਲਾਇਆ ਸੀ ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਝਗੜੇ ਹੋਣੇ ਸ਼ੁਰੂ ਹੋ ਗਏ ਸੀ, ਮਦਰਾਸ ਦੇ ਵਿੱਚ, ਕੇਰਲਾ ਦੇ ਵਿੱਚ, ਕਰਨਾਟਕਾ ਦੇ ਵਿੱਚ ਜਾਂ ਹੋਰ ਕਈ ਥਾਵਾਂ ਦੇ ਉੱਤੇ। ਉਹਦੇ ਕਰਕੇ ਫਿਰ ਇੱਕ ਪਟੀਸ਼ਨ ਪਾਈ ਗਈ ਸੀ ਮਦਰਾਸ ਹਾਈ ਕੋਰਟ ਦੇ ਵਿੱਚ। ਪਹਿਲਾਂ ਤਾਂ ਉਹਨਾਂ ਨੇ ਕੇਂਦਰੀ ਸਰਕਾਰ ਦੇ ਆਰਡਰ 'ਤੇ ਰੋਕ ਲਾਈ, ਹੁਣ ਸੁਪਰੀਮ ਕੋਰਟ ਨੇ ਕੇਂਦਰੀ ਸਰਕਾਰ ਦੇ ਆਰਡਰ 'ਤੇ ਫਿਰ ਰੋਕ ਲਾਈ ਹੈ ਕਿ ਤੁਸੀਂ ਇਸ ਤਰ੍ਹਾਂ ਨਾਲ ਨਹੀਂ ਕਰ ਸਕਦੇ। ਲੋਕਾਂ ਦਾ ਅਧਿਕਾਰ ਹੈ ਕਿਸੇ ਵੀ ਪ੍ਰੋਫੈਸ਼ਨ ਨੂੰ ਚੂਜ਼ ਕਰਨਾ, ਆਪਣੀ ਲਾਈਵਲੀਹੁੱਡ ਕਮਾਉਣਾ, ਅਤੇ ਇਸ ਕਰਕੇ ਇਸ ਨੂੰ ਸਸਪੈਂਡ ਕੀਤਾ ਜਾਂਦਾ। ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਸਾਡਾ ਸੈਕਟਰੀ ਇਸ ਨੂੰ ਰਿਵਿਊ ਕਰਾਂਗੇ, ਜੇ ਸਰਕਾਰ ਰਿਵਿਊ ਨਹੀਂ ਕਰਦੀ ਫਿਰ ਪੱਕਾ ਫੈਸਲਾ ਵੀ ਸੁਪਰੀਮ ਕੋਰਟ ਦਾ ਆ ਸਕਦਾ ਹੈ। ਫਿਲਹਾਲ ਤਾਂ ਸੁਪਰੀਮ ਕੋਰਟ ਨੇ ਇਹਨੂੰ ਸਟੇ ਕੀਤਾ। ਦੂਜੀ ਗੱਲ ਕਿ ਇਹਦੇ ਨਾਲ ਜਿਹੜਾ ਇੰਪੈਕਟ ਪਿਆ ਸੀ ਖਾਸ ਤੌਰ 'ਤੇ ਸਾਰੇ ਸਮਾਜ ਦੇ ਵਿੱਚ ਜਾਂ ਇੰਡਸਟਰੀ ਦੇ ਉੱਤੇ, ਉਹ ਵੀ ਬਹੁਤ ਅਧਿਕ ਸੀ। ਸੋ ਕੇਂਦਰ ਸਰਕਾਰ ਦਾ 23 ਮਈ ਵਾਲਾ ਉਹ ਰੂਲ ਹੁਣ ਰੱਦ ਹੋ ਗਿਆ, ਜਾਂ 23 ਮਈ ਵਾਲਾ ਉਹ ਰੂਲ ਮੁਅੱਤਲ ਹੋ ਗਿਆ ਕੁਝ ਸਮੇਂ ਦੇ ਲਈ, ਇਹ ਆਪਾਂ ਕਹਿ ਸਕਦੇ ਹਾਂ। ਡਾਕਟਰ ਸਾਹਿਬ, ਭਾਰਤ ਦਾ ਜਿਹੜਾ ਮੀਟ ਅਤੇ ਲੈਦਰ ਉਦਯੋਗ ਹੈ, ਇਹ ਕਿਹੋ ਜਿਹਾ ਹੈ ਅਤੇ ਸਰਕਾਰ ਇਹਦੇ ਬਾਰੇ ਕੀ ਸੋਚਦੀ ਹੈ ਅਤੇ ਅੱਗੇ ਕੀ ਸੰਭਾਵਨਾਵਾਂ ਹਨ? ਹਾਂ ਯੁਵਰਾਜ, ਇਹਦੇ ਬਾਰੇ ਬਹੁਤ ਸਾਰੀ ਚਰਚਾ ਹੋ ਰਹੀ ਹੈ ਕਿ ਭਾਰਤ ਦਾ ਜਿਹੜਾ ਮੀਟ ਉਦਯੋਗ ਹੈ ਅਤੇ ਲੈਦਰ ਉਦਯੋਗ ਹੈ, ਇਹਨੂੰ ਸਰਕਾਰ ਦੇ ਹੁਕਮ ਨਾਲ ਬਹੁਤ ਸਾਰਾ ਨੁਕਸਾਨ ਹੋਣਾ ਸੀ। ਸਰਕਾਰ ਦੇ ਹੁਕਮ ਦੇ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਜਿਹੜਾ ਤੁਸੀਂ ਮੰਡੀਆਂ ਲੱਗਦੀਆਂ ਨੇ, ਆਪਾਂ ਦੇਖਿਆ ਪੰਜਾਬ ਦੇ ਵਿੱਚ ਜਾਂ ਬਾਕੀ ਇੰਡੀਆ ਦੇ ਵਿੱਚ ਵੀ ਮੰਡੀਆਂ ਲੱਗਦੀਆਂ ਨੇ ਪਸ਼ੂਆਂ ਦੀਆਂ, ਉਹਨਾਂ ਮੰਡੀਆਂ ਦੇ ਵਿੱਚ ਜਿਹੜੇ ਲੋਕ ਉੱਥੋਂ ਪਸ਼ੂ ਖਰੀਦ ਸਕਦੇ ਨੇ ਉਹ ਸਿਰਫ ਕਿਸਾਨ ਹੀ ਖਰੀਦ ਸਕਦੇ ਸੀ। ਕਿਸਾਨਾਂ ਨੂੰ ਖਰੀਦਣ ਦੇ ਲਈ ਬਹੁਤ ਸਾਰੀਆਂ ਨਵੀਆਂ ਸ਼ਰਤਾਂ ਤੈਅ ਕਰ ਦਿੱਤੀਆਂ ਸੀ ਕਿ ਉਹ ਇੱਕ ਐਗਰੀਮੈਂਟ ਬਣਾਉਣਗੇ, ਐਗਰੀਮੈਂਟ ਦੇ ਵਿੱਚ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਨੋਟੀਫਾਈ ਵੀ ਕਰਨਗੇ ਕਿ ਅਸੀਂ ਕਿਸਾਨ ਹੈ, ਉਹਦਾ ਸਬੂਤ ਦੇਣਗੇ। ਫਿਰ ਇਹ ਦੱਸਣਗੇ ਕਿ ਸਾਨੂੰ, ਅਸੀਂ ਇਹ ਜਿਹੜਾ ਪਸ਼ੂ ਖਰੀਦ ਰਹੇ ਹਾਂ ਇਹ ਖੇਤੀ ਦੇ ਪਰਪਜ ਲਈ ਖਰੀਦ ਰਹੇ ਹਾਂ ਜਾਂ ਡੈਰੀ ਦੇ ਪਰਪਜ ਲਈ ਖਰੀਦ ਰਹੇ ਹਾਂ, ਦੁੱਧ ਦੇ ਲਈ ਖਰੀਦ ਰਹੇ ਹਾਂ। ਤੀਜੀ ਗੱਲ, ਉਹ ਇਹ ਵੀ ਪ੍ਰੂਫ ਦੇਣਗੇ, ਇੱਕ ਅੰਡਰਟੇਕਿੰਗ ਦੇਣਗੇ ਕਿ ਅਸੀਂ ਇਸ ਨੂੰ ਸਲੋਟਰ ਹਾਊਸ ਦੇ ਲਈ, ਭਾਵ ਜਿੱਥੇ ਪਸ਼ੂ ਕੱਟੇ ਜਾਂਦੇ ਨੇ, ਮੀਟ ਬਣਾਇਆ ਜਾਂਦਾ, ਉਹਦੇ ਲਈ ਨਹੀਂ ਖਰੀਦ ਰਹੇ। ਇੰਨੇ ਸਾਰੇ ਕਾਗਜ਼ ਪੱਤਰ ਤਿਆਰ ਕਰਨ ਦੇ ਲਈ 5 ਕਾਪੀਆਂ ਤਿਆਰ ਕਰਨਗੇ, ਰੈਵਨਿਊ ਅਫਸਰ ਨੂੰ ਦੇਣਗੇ, ਫਿਰ ਅੱਗੇ ਵਕੀਲਾਂ ਨੂੰ ਦੇਣਗੇ, ਡਾਕਟਰ ਨੂੰ ਦੇਣਗੇ, ਕਈ ਥਾਵਾਂ ਦੇ ਉੱਤੇ ਉਹਨੂੰ ਦਿੱਤਾ ਜਾਣਾ ਸੀ। ਭਾਵ ਕਾਫੀ ਟਫ ਕੰਮ ਕਰ ਦਿੱਤਾ ਸੀ। ਇਹ ਤੋਂ ਇੱਕ ਇਹ ਵੀ ਅਰਥ ਲਿਆ ਜਾਂਦਾ ਸੀ ਕਿ ਜਿਹੜੇ ਆਮ ਕਿਸਾਨ ਸੀ ਉਹਨਾਂ ਦੇ ਪਸ਼ੂ ਜਦੋਂ 10-15 ਸਾਲ ਤਾਂ ਉਹਨਾਂ ਨੇ ਖੇਤੀ ਕਰਵਾਈ, ਚਾਹੇ ਉਹ ਬਲਦ ਸੀ ਜਾਂ ਈਵਨ ਕਵੀ ਝੋਟੇ ਵੀ ਸੀ, ਉਸ ਤੋਂ ਬਾਅਦ ਉਹਨਾਂ ਦਾ ਕੀ ਕਰਨਗੇ?
ਉਸ ਤੋਂ ਬਾਅਦ ਅੱਗੇ ਫਿਰ ਸਲਾਊਟਰ ਹਾਊਸਾਂ ਨੂੰ ਦੇ ਦਿੱਤਾ ਜਾਂਦਾ ਸੀ ਅਤੇ ਕੱਟ ਕੇ ਮੀਟ ਵੇਚ ਦਿੱਤਾ ਜਾਂਦਾ ਸੀ। ਇਹਦੇ ਨਾਲ ਸਾਡੀ ਜਿਹੜੀ ਮੀਟ ਦੀ ਇੰਡਸਟਰੀ ਹੈ ਇੰਡੀਆ ਦੀ ਬਹੁਤ ਵੱਡੀ ਫਲੋਰਿਸ਼ ਹੋਈ ਸੀ ਵਰਲਡ ਦੇ ਵਿੱਚ। ਇੰਡੀਆ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ 6.3 ਮਿਲੀਅਨ ਟਨ ਜਿਹੜਾ ਮੀਟ ਆ ਉਹ ਤਿਆਰ ਕੀਤਾ ਜਾਂਦਾ ਅਤੇ ਦੁਨੀਆ ਦੇ ਵਿੱਚੋਂ ਇੰਡੀਆ 5ਵੇਂ ਨੰਬਰ 'ਤੇ ਹੈ ਮੀਟ ਦੀ ਪ੍ਰੋਡਕਸ਼ਨ ਦੇ ਵਿੱਚ। ਸੋ ਬਹੁਤ ਵੱਡੀ ਮੰਡੀ ਅਸੀਂ ਕਹਿ ਸਕਦੇ ਹਾਂ ਕਿ ਮੀਟ ਦੀ ਇੰਡੀਆ, ਜਿਹੜਾ ਕਿ ਤਕਰੀਬਨ ਵਪਾਰ ਆ ਜਿਹੜਾ ਮੀਟ ਅਤੇ ਲੈਦਰ ਦਾ, ਇਹ ਤਕਰੀਬਨ $16 ਬਿਲੀਅਨ ਦਾ ਵਪਾਰ ਹੈ ਜਿਹੜਾ ਕਿ ਇੰਡੀਆ ਇਹਦੇ ਵਿੱਚ ਕਰਦਾ ਹੈ ਅਤੇ ਸਾਰੀ ਦੁਨੀਆ ਨੂੰ ਇਹ ਸਪਲਾਈ ਕਰਦਾ। ਇੰਡੀਆ ਦਾ ਜਿਹੜਾ ਮੀਟ ਦੇ ਵਿੱਚ ਖਾਸ ਤੌਰ 'ਤੇ ਬਫੈਲੋ ਦਾ ਮੀਟ ਹੈ, 31% ਮੀਟ ਇਕੱਲੀ ਬਫੈਲੋ ਦਾ, ਬਾਕੀ 31 ਦੇ ਵਿੱਚ ਕੈਟਲ, ਸ਼ੀਪ, ਗੋਟ ਜਾਂ ਇਸ ਤਰ੍ਹਾਂ ਦੇ ਜਿਹੜੇ ਹੋਰ ਜਾਨਵਰ ਨੇ ਉਹ ਆਉਂਦੇ ਨੇ, ਅਤੇ 36% ਪੋਲਟਰੀ ਦਾ ਮੀਟ ਹੈ ਜਿਹੜਾ ਤਿਆਰ ਕੀਤਾ ਜਾਂਦਾ। ਇਹਦੇ ਵਿੱਚੋਂ ਵੀ ਜਿਹੜਾ ਬਫੈਲੋ ਦਾ ਮੀਟ ਹੈ ਵਰਲਡ ਦੇ ਵਿੱਚ ਇੰਡੀਆ ਦਾ ਬਹੁਤ ਬੈਸਟ ਮੰਨਿਆ ਜਾਂਦਾ, ਕਿਉਂਕਿ ਇਹਦੇ ਵਿੱਚ ਕਿਸੇ ਪ੍ਰਕਾਰ ਦੇ ਕੋਈ ਹਾਰਮੋਨਸ ਵਗੈਰਾ ਇੰਟਰ ਨਹੀਂ ਕੀਤੇ ਜਾਂਦੇ, ਨਾ ਐਂਟੀਬਾਇਓਟਿਕਸ ਹੁੰਦੇ ਨੇ, ਨਾ ਕੋਈ ਕੈਮੀਕਲਸ ਹੁੰਦੇ ਨੇ। ਇਹਨੂੰ ਬੈਸਟ ਕੁਆਲਿਟੀ ਦਾ ਮੰਨਿਆ ਜਾਂਦਾ ਵਰਲਡ ਦੇ ਵਿੱਚ, ਇਸ ਕਰਕੇ ਦੀ ਬਹੁਤ ਸਾਰੀ ਡਿਮਾਂਡ ਹੈ। 64 ਦੇਸ਼ਾਂ ਦੇ ਵਿੱਚ ਇੰਡੀਆ ਮੀਟ ਭੇਜਦਾ, ਇਸ ਕਰਕੇ ਮੀਟ ਇੰਡਸਟਰੀ ਪਿਛਲੇ 1 ਦਹਾਕੇ ਦੇ ਵਿੱਚ ਬਹੁਤ ਜ਼ਿਆਦਾ ਫਲੋਰਿਸ਼ ਹੋਈ ਹੈ ਇੰਡੀਆ ਦੇ ਵਿੱਚ। ਇਹ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਜੁੜਿਆ ਹੋਇਆ, ਜੇ 4000 ਸਲੋਟਰ ਹਾਊਸਿਸ ਨੇ ਜਿਹੜੇ ਲੋਕਲ ਬੋਡੀਜ਼ ਦੇ ਨਾਲ ਰਿਲੇਟਡ ਨੇ, ਅਤੇ 25000 ਜਿਹੜੇ ਕਿ ਇਲੀਗਲ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਨੇ। ਇਹ ਇਸ ਤਰ੍ਹਾਂ ਦਾ ਵੀ ਇਹਦੇ 'ਚ ਟਰੈਂਡ ਦੇਖਿਆ ਗਿਆ ਸੀ। ਜਿੱਥੋਂ ਤੱਕ ਲੈਦਰ ਇੰਡਸਟਰੀ ਦਾ ਸੰਬੰਧ ਹੈ, ਇੰਡੀਆ ਦਾ ਲੈਦਰ ਵੀ ਬਹੁਤ ਉੱਚ ਕਿਸਮ ਦਾ ਮੰਨਿਆ ਗਿਆ, ਇਟਲੀ ਤੋਂ ਬਾਅਦ 2 ਨੰਬਰ 'ਤੇ ਇੰਡੀਅਨ ਲੈਦਰ ਨੂੰ ਪ੍ਰਵਾਨ ਕੀਤਾ ਜਾਂਦਾ ਜਾਂ ਮੰਨਿਆ ਜਾਂਦਾ। ਤਾਂ ਇਹਦੇ ਵਿੱਚ ਕਿੰਨੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੁੰਦਾ ਸੀ ਪਿੰਡਾਂ ਦੇ ਵਿੱਚ, ਖਾਸ ਤੌਰ 'ਤੇ 2 ਕਮਿਊਨਿਟੀਜ਼ ਇਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਜੁੜੀਆਂ ਹੋਈਆਂ ਸੀ, ਇੱਕ ਦਲਿਤ ਕਮਿਊਨਿਟੀ, ਇੱਕ ਮੁਸਲਿਮ ਕਮਿਊਨਿਟੀ ਦੇ ਗਰੀਬ ਲੋਕ ਨੇ ਜਿਹੜੇ ਇਸ ਉਦਯੋਗ ਦੇ ਵਿੱਚ ਵੱਡੇ ਪੱਧਰ 'ਤੇ ਚੱਲਦੇ ਸੀ, ਜਿਹੜੇ ਕਿ ਬਿਨਾਂ ਲਾਇਸੈਂਸ ਤੋਂ ਹੀ ਪਿੰਡਾਂ ਦੇ ਵਿੱਚ ਕੋਈ ਪਸ਼ੂ ਦੀ ਡੈਥ ਹੁੰਦੀ ਹੈ ਉਹਨੂੰ ਅਸੀਂ ਦੇਖਦੇ ਹਾਂ ਅੱਗੇ ਲਿਜਾਇਆ ਜਾਂਦਾ, ਫਿਰ ਉਹਦੀ ਖੱਲ ਲਾ ਕੇ ਅੱਗੇ ਲਿਜਾਈ ਜਾਂਦੀ ਹੈ, ਤਾਂ ਉਹ ਜਿਹੜਾ ਚਮੜਾ ਉਦਯੋਗ ਹੈ ਬਹੁਤ ਵੱਡੇ ਪੱਧਰ 'ਤੇ ਚੱਲਦਾ ਸੀ। ਤਾਂ ਹੁਣ ਜੇ ਤੁਸੀਂ ਇੱਕ ਉਦਾਹਰਨ ਲਵੋ ਇਕੱਲੇ ਆਗਰੇ ਦੀ, ਕਿ ਆਗਰਾ ਸ਼ਹਿਰ ਦੇ ਵਿੱਚ 40% ਲੋਕਾਂ ਦਾ ਰੁਜ਼ਗਾਰ ਸਿਰਫ ਲੈਦਰ ਇੰਡਸਟਰੀ ਦੇ ਉੱਤੇ ਨਿਰਭਰ ਕਰਦਾ ਹੈ। ਇਹਦੇ ਵਿੱਚ ਤਕਰੀਬਨ 10 ਲੱਖ ਸ਼ੂਜ਼ ਨੇ ਜਿਹੜੇ ਉਹ ਜੋੜੇ ਉੱਥੇ ਬਣਾਏ ਜਾਂਦੇ ਨੇ। ਈਵਨ ਵੱਡੀਆਂ ਵੱਡੀਆਂ ਵਰਲਡ ਦੀਆਂ ਕੰਪਨੀਆਂ ਕਲਾਰਕ ਵਰਗੀਆਂ, ਉਹਨਾਂ ਦਾ ਜਿਹੜਾ ਮਾਲ ਆ ਉਹ ਵੀ ਆਗਰੇ 'ਚ ਹੀ ਤਿਆਰ ਹੁੰਦਾ, ਕਿਉਂਕਿ ਉੱਥੇ ਸਸਤੀ ਲੇਬਰ ਮਿਲਦੀ ਹੈ, ਲੋਕ ਬਹੁਤ ਮਾਹਰ ਨੇ ਇਹਨੂੰ ਸਿਉਣ ਦੇ ਵਿੱਚ, ਇੰਡਸਟਰੀ ਬਹੁਤ ਅੱਗੇ ਵੱਧ ਚੁੱਕੀ ਹੋਈ ਹੈ। ਤਾਂ ਇਹ ਤੋਂ ਭਾਵ ਕਿ ਇਹ ਸਾਰੀ ਇੰਡਸਟਰੀ ਨੂੰ ਇੰਨਾ ਸੈੱਟਬੈਕ ਲੱਗਿਆ, 3 ਮਹੀਨਿਆਂ ਦੇ ਵਿੱਚ 40% ਉਦਯੋਗ ਆ ਜਿਹੜਾ ਉਹ ਡਾਊਨ ਆ ਗਿਆ, ਨੀਚੇ ਚਲਿਆ ਗਿਆ। ਇੱਕ ਪਾਸੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜਾ ਹੁਣ ਮੋਦੀ ਸਰਕਾਰ ਦਾ ਇੱਕ ਵਾਅਦਾ ਇਹ ਸੀ ਕਿ ਅਸੀਂ 2020 ਤੱਕ ਜਿਹੜਾ $16 ਬਿਲੀਅਨ ਦਾ ਵਪਾਰ ਹੈ ਇਹਨੂੰ ਅਸੀਂ $27 ਬਿਲੀਅਨ 'ਤੇ ਲੈ ਜਾਵਾਂਗੇ, ਇੰਨਾ ਰੈਵਨਿਊ ਅਸੀਂ ਇਕੱਠਾ ਕਰਨਾ ਚਾਹੁੰਦੇ ਹਾਂ। ਦੂਜੇ ਪਾਸੇ ਇਹ ਕੰਟਰਡਿਕਸ਼ਨ ਕਿ ਇਸ ਤਰ੍ਹਾਂ ਦੇ ਆਰਡਰ ਜੇ ਪਾਸ ਕੀਤੇ ਜਾਣਗੇ ਕਿ ਸਲੋਟਰ ਹਾਊਸ ਵਾਲੇ ਮੰਡੀਆਂ ਦੇ ਵਿੱਚੋਂ ਕੈਟਲ ਨਹੀਂ ਲੈ ਸਕਦੇ, ਪਸ਼ੂ ਨਹੀਂ ਲੈ ਸਕਦੇ, ਤਾਂ ਅਜਿਹੀ ਪੋਜੀਸ਼ਨ ਦੇ ਵਿੱਚ ਉਹ ਟੀਚਾ ਕਿਵੇਂ ਪੂਰਾ ਕੀਤਾ ਜਾਊਗਾ। ਸੋ ਇਹ ਵੀ ਇੱਕ ਪੱਖ ਹੈ ਕਿ ਲੈਦਰ ਇੰਡਸਟਰੀ ਤਾਂ ਹੀ ਅੱਜ ਖੁਸ਼ ਵਿਖਾਈ ਦੇ ਰਹੀ ਹੈ ਕਿ ਸੁਪਰੀਮ ਕੋਰਟ ਨੇ ਉਹ ਆਰਡਰ ਜਿਹੜਾ ਕੇਂਦਰ ਸਰਕਾਰ ਦੇ ਇਨਵਾਇਰਮੈਂਟ ਮਿਨਿਸਟਰੀ ਨੇ ਕੀਤਾ ਸੀ ਉਹਦੇ 'ਤੇ ਰੋਕ ਲਾ ਦਿੱਤੀ ਹੈ, ਅਤੇ ਹੁਣ ਜਿਹੜਾ ਸੈਕਟਰੀ ਹੈ ਉਹਦੇ ਨਾਲ ਸੰਬੰਧਿਤ ਇਹਨੂੰ ਰਿਵਿਊ ਕਰਨਗੇ, ਇਹਦੇ 'ਚ ਚੇਂਜਿਜ ਕਰਨਗੇ, ਤਾਂ ਇਹ ਇੱਕ ਵੱਡੀ ਰਾਹਤ ਵਾਲਾ ਮਸਲਾ ਮੰਨੇ ਜਾ ਰਹੇ ਹਨ। ਡਾਕਟਰ ਸਾਹਿਬ, ਜਿਹੜਾ ਕੈਟਲ ਟ੍ਰੇਡ ਅਤੇ ਗਊ ਰੱਖਿਆ ਦੇ ਨਾਂ 'ਤੇ ਕੋਈ ਰਾਜਨੀਤੀ ਵੀ ਹੋ ਰਹੀ ਹੈ? ਹਾਂ, ਇਹ ਵੀ ਬਹੁਤ ਵੱਡਾ ਪ੍ਰਸ਼ਨ ਅੱਜ ਕੱਲ੍ਹ ਚੱਲ ਰਿਹਾ ਇੰਡੀਆ ਦੇ ਵਿੱਚ ਕਿ ਜਿਹੜੇ ਗਊ ਰੱਖਿਅਕ ਨੇ, ਖਾਸ ਤੌਰ 'ਤੇ ਇਹਨਾਂ ਦੀਆਂ ਬਹੁਤ ਸਾਰੀਆਂ ਸੰਮਤੀਆਂ ਬਣ ਗਈਆਂ, ਵੱਖਰੀਆਂ ਵੱਖਰੀਆਂ ਸਟੇਟਸ ਦੇ ਵਿੱਚ ਗਊ ਰੱਖਿਆ ਦੇ ਨਾਂ 'ਤੇ ਕਾਨੂੰਨ ਵੀ ਬਣ ਗਏ। ਉਂਝ ਸਾਰੇ ਇੰਡੀਆ ਦਾ ਤਕਰੀਬਨ 99% ਹਿੱਸਾ ਗਊ ਰੱਖਿਆ ਦੇ ਲਾਜ਼ ਦੇ ਅਧੀਨ ਆਉਂਦਾ ਹੈ। ਭਾਰਤ ਵਿੱਚ ਸਭ ਨੂੰ ਪਤਾ ਕਿ ਗਊ ਇੱਕ ਧਾਰਮਿਕ ਪਸ਼ੂ ਦੇ ਤੌਰ 'ਤੇ ਮੰਨਿਆ ਜਾਂਦਾ, ਉਹਦੀ ਬਹੁਤ ਸਤਿਕਾਰ ਕੀਤਾ ਜਾਂਦਾ, ਉਹਨੂੰ ਮਾਂ ਦਾ ਦਰਜਾ ਵੀ ਦਿੱਤਾ ਜਾਂਦਾ। ਬਹੁਤ ਸਾਰੀਆਂ ਲਹਿਰਾਂ ਵੀ ਗਊ ਰੱਖਿਆ ਦੇ ਨਾਂ 'ਤੇ ਪਹਿਲਾਂ ਉੱਠਦੀਆਂ ਰਹੀਆਂ ਨੇ, ਖਾਸ ਤੌਰ 'ਤੇ ਜਿਹੜਾ ਸਿੱਖਾਂ ਦੇ ਵਿੱਚ, ਹਿੰਦੂਆਂ ਦੇ ਵਿੱਚ, ਬੋਧੀਆਂ ਦੇ ਵਿੱਚ, ਜੈਨੀਆਂ ਦੇ ਵਿੱਚ ਗਊ ਦੀ ਹੱਤਿਆ ਦਾ ਵਿਰੋਧ ਕੀਤਾ ਜਾਂਦਾ ਰਿਹਾ। ਸਭ ਤੋਂ ਪਹਿਲੀਆਂ ਲਹਿਰਾਂ ਸਗੋਂ ਜਿਹੜੀ ਗਊ ਦੀ ਰੱਖਿਆ ਦੇ ਲਈ ਕੀਤੀਆਂ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤੀਆਂ। ਸਿੱਖਾਂ ਦਾ ਜਿਹੜਾ ਸੈਕਟਰ ਕੁੱਕੀਆਂ ਨੇ 1860 ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਸਥਾਪਿਤ ਕੀਤੀ ਸੀ ਅੰਮ੍ਰਿਤਸਰ ਅਤੇ ਲੁਧਿਆਣੇ ਦੇ ਵਿੱਚ। ਉਹਨਾਂ ਨੇ ਬਹੁਤ ਸਾਰੇ ਅਜਿਹੇ ਬੁੱਚੜਾਂ ਨੂੰ ਮਾਰ ਦਿੱਤਾ ਸੀ ਜਿਹੜੇ ਕਿ ਗਊ ਦੀ ਹੱਤਿਆ ਕਰਦੇ ਸੀ। ਉਸ ਤੋਂ ਬਾਅਦ ਫਿਰ ਇਹਦੇ ਨਾਲ ਆਰੀਆ ਸਮਾਜੀ ਰਲ ਗਏ, ਹਿੰਦੂ ਲੋਕਾਂ ਦੀਆਂ ਹੋਰ ਸੰਸਥਾਵਾਂ ਵੀ ਇਹਦੇ ਵਿੱਚ ਸ਼ਾਮਿਲ ਹੋ ਗਈਆਂ। ਈਵਨ ਬਾਅਦ ਦੇ ਵਿੱਚ ਚਲੋ ਮਹਾਤਮਾ ਗਾਂਧੀ ਨੇ ਵੀ ਇਹਦੀ ਸਪੋਰਟ ਕੀਤੀ ਕਿ ਗਊ ਹੱਤਿਆ ਦੇ ਉੱਤੇ ਬੈਨ ਲੱਗਣਾ ਚਾਹੀਦਾ, ਪਰ ਪੰਡਿਤ ਜਵਾਹਰ ਲਾਲ ਨਹਿਰੂ ਇਹਦੇ ਹੱਕ ਦੇ ਵਿੱਚ ਨਹੀਂ ਸੀ। 1950 ਦੇ ਵਿੱਚ ਜਦੋਂ ਨੈਸ਼ਨਲ ਬੈਨ ਲਾਉਣ ਦੀ ਗੱਲ ਚੱਲੀ ਆਫਟਰ ਇੰਡੀਪੈਂਡੈਂਸ, ਤਾਂ ਨਹਿਰੂ ਇਹਦੀ ਸਪੋਰਟ 'ਤੇ ਨਹੀਂ ਸੀ, ਨਾ ਇੰਡੀਅਨ ਨੈਸ਼ਨਲ ਕਾਂਗਰਸ ਇਹਦੀ ਸਪੋਰਟ 'ਤੇ ਆਈ ਸੀ। ਪਰ ਫਿਰ ਵੀ ਲੰਬੇ ਸਮੇਂ ਤੋਂ ਗਊ ਰੱਖਿਆ ਦੇ ਹੱਕ ਦੇ ਵਿੱਚ ਮੂਵਮੈਂਟਸ ਉੱਠਦੀਆਂ ਰਹੀਆਂ।
1890s ਦੇ ਵਿੱਚ ਬਹੁਤ ਸਾਰੇ ਫਸਾਦ ਵੀ ਹੋਏ, ਦੰਗੇ ਵੀ ਹੋਏ ਗਊ ਰੱਖਿਆ ਦੇ ਨਾਂ ਦੇ ਉੱਤੇ, ਕਿਉਂਕਿ ਮੁਸਲਿਮ ਕਮਿਊਨਿਟੀ ਦੇ ਲਈ ਇਹ ਕੋਈ ਉਸ ਤਰ੍ਹਾਂ ਦਾ ਸੀਕ੍ਰੇਟ ਪਸ਼ੂ ਨਹੀਂ ਸੀ ਅਸੀਂ ਕਹਿ ਸਕਦੇ, ਤਾਂ ਉਹ ਦੰਗੇ ਫਸਾਦ ਵੀ ਹੁੰਦੇ ਰਹੇ ਨੇ। ਪਰ ਇੰਡੀਆ ਦੇ ਸਾਰੇ ਲੋਕ ਸਮਝਦੇ ਨੇ ਕਿ ਗਊ ਉਹਨਾਂ ਲਈ ਬਹੁਤ ਮਹੱਤਵਪੂਰਨ ਹੈ, ਇਸ ਕਰਕੇ ਕੋਈ ਆਮ ਤੌਰ 'ਤੇ ਹੱਤਿਆ ਨਹੀਂ ਕਰਦਾ। ਗਊ ਦੀ ਜਿਹੜੀ ਨੈਚੁਰਲ ਡੈਥ ਹੈ, ਉਸ ਡੈਥ ਤੋਂ ਬਾਅਦ ਜਿਹੜੀ ਉਹਦੀ ਚਮੜੀ ਹੈ ਉਹਨੂੰ ਵਰਤਣ ਦਾ ਪ੍ਰਯੋਗ ਹੈ ਜਿਹੜਾ, ਉਹ ਪਹਿਲਾਂ ਵੀ ਚੱਲਦਾ ਸੀ, ਉਹ ਹੁਣ ਵੀ ਚੱਲਦਾ। ਪਰ ਗਊ ਰੱਖਿਅਕਾਂ ਨੇ ਇਸ ਨਾਂ ਦੇ ਉੱਤੇ ਅਸੀਂ ਗਊ ਦੀ ਰੱਖਿਆ ਕਰਨੀ ਹੈ, ਬਹੁਤ ਸਾਰੇ ਵਿਜੀਲੈਂਟ ਗਰੁੱਪ ਨੇ ਜਿਹੜੇ ਉਹ ਪੈਦਾ ਹੋ ਗਏ ਸੀ, ਖਾਸ ਤੌਰ 'ਤੇ ਜਦੋਂ ਦੀ ਹੁਣ ਨਵੀਂ ਗੌਰਮੈਂਟ ਬਣੀ ਹੈ 2014 ਦੇ ਵਿੱਚ, ਅਸੀਂ ਕਹਿੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ, ਉਸ ਤੋਂ ਬਾਅਦ ਇਹ ਵਿਜੀਲੈਂਟ ਗਰੁੱਪ ਬਹੁਤ ਸਾਰੇ ਐਕਟਿਵ ਹੋ ਗਏ। ਪਹਿਲਾਂ ਵੀ ਸੀ ਬਹੁਤ ਸਾਰੇ, ਪਰ ਉਸ ਤੋਂ ਬਾਅਦ ਥੋੜ੍ਹੇ ਵੱਧ ਐਕਟਿਵ ਹੋ ਗਏ, ਕਿਉਂਕਿ RSS ਲਗਾਤਾਰ ਪਹਿਲਾਂ ਲੰਬੇ ਸਮੇਂ ਤੋਂ ਇਹ ਕਹਿੰਦੀ ਆ ਰਹੀ ਹੈ ਕਿ ਇਸ ਤਰ੍ਹਾਂ ਦਾ ਨੈਸ਼ਨਲ ਕਾਨੂੰਨ ਬਣਨਾ ਚਾਹੀਦਾ, ਤਾਂ ਹੁਣ ਉਹ ਇੱਕ ਤਰ੍ਹਾਂ ਦਾ ਮੌਕਾ ਉਹਨਾਂ ਨੇ ਲੱਭ ਲਿਆ। ਰਾਈਟ ਵਿੰਗ ਨੇ ਭਾਵੇਂ ਪ੍ਰਧਾਨ ਮੰਤਰੀ ਨੇ 2-3 ਵਾਰੀ ਸਟੇਜਾਂ ਦੇ ਉੱਤੋਂ ਵਿਰੋਧ ਕੀਤਾ ਕਿ ਕਾਨੂੰਨ ਤੁਸੀਂ ਆਪਣੇ ਹੱਥ 'ਚ ਨਹੀਂ ਲੈਣਾ, ਇਹਦੇ ਬਾਵਜੂਦ ਵੀ ਪਿਛਲੇ 6-7 ਸਾਲਾਂ ਦੇ ਵਿੱਚ ਤਕਰੀਬਨ 27-28 ਵਿਅਕਤੀ ਮੌਤ ਦੇ ਘਾਟ ਉਤਾਰ ਦਿੱਤੇ ਗਏ। ਦਲਿਤ ਕਮਿਊਨਿਟੀ ਦੇ ਲੋਕਾਂ ਨੂੰ ਬਹੁਤ ਥਾਵਾਂ 'ਤੇ ਕੁੱਟਿਆ ਗਿਆ, ਕਈ ਥਾਂ 'ਤੇ ਵਪਾਰੀ ਜਿਹੜੇ ਟਰੱਕਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਂਦੇ ਸੀ ਪਸ਼ੂਆਂ ਨੂੰ, ਉਹਨਾਂ ਨੂੰ ਫੜ ਕੇ ਵੀ ਕੁੱਟਿਆ ਗਿਆ, ਮਾਰਿਆ ਗਿਆ, ਤਾਂ ਇਹਦੇ ਨਾਲ ਇੱਕ ਨਵੇਂ ਪ੍ਰਕਾਰ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ। ਕੁਝ ਲੋਕ ਇਹ ਮਹਿਸੂਸ ਕਰਦੇ ਨੇ ਕਿ ਹਾਕਮ ਪਾਰਟੀ ਰਾਜਨੀਤਿਕ ਤੌਰ 'ਤੇ ਇੱਕ ਖਾਸ ਪ੍ਰਕਾਰ ਦੇ ਗਰੁੱਪ ਨੂੰ, ਜਿਹੜਾ ਕਿ ਉੱਥੇ 80% ਤੋਂ ਉੱਤੇ ਅਸੀਂ ਕਹਿੰਦੇ ਹਾਂ ਕਿ ਆਬਾਦੀ ਹੈ ਹਿੰਦੂ ਭਾਈਚਾਰੇ ਦੀ, ਉਹਨਾਂ ਨੂੰ ਅਲੇਅਰ ਕਰਨ ਦੇ ਲਈ ਆਪਣੇ ਹੱਕ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਹੈ, ਤਾਂ ਜੋ ਲੋਕਾਂ ਦੇ ਵਿੱਚ ਇੱਕ ਖਾਸ ਪ੍ਰਕਾਰ ਦੀ ਏਕਤਾ ਪੈਦਾ ਹੋਵੇ। ਤਾਂ ਇਹ ਕਾਨੂੰਨ ਉਹਨਾਂ ਨੇ ਬਣਾ ਤਾਂ ਦਿੱਤਾ, ਤਾਂ ਇਹਦਾ ਨਾਲ ਹੀ ਵਿਰੋਧ ਸ਼ੁਰੂ ਹੋ ਗਿਆ, ਖਾਸ ਤੌਰ 'ਤੇ ਜਿਹੜੀਆਂ ਸਾਊਦਰਨ ਸਟੇਟਸ ਨੇ, ਨੌਰਥ ਈਸਟ ਦੀਆਂ ਸਟੇਟਸ ਨੇ, ਆਸਾਮ, ਮਿਜ਼ੋਰਮ, ਨਾਗਾਲੈਂਡ ਵਗੈਰਾ, ਉੱਥੇ ਤਾਂ ਬੀਫ ਦਾ ਮੀਟ ਬਹੁਤ ਸਾਰਾ ਖਾਧਾ ਜਾਂਦਾ, ਈਵਨ ਸਾਊਦਰਨ ਸਟੇਟਸ ਦੇ ਵਿੱਚ ਵੀ ਖਾਧਾ ਜਾਂਦਾ, ਤਾਂ ਉੱਥੇ ਪੋਲੀਟੀਕਲ ਮੂਵਮੈਂਟਸ ਵੀ ਉੱਠੀਆਂ ਇਹਦੇ ਵਿਰੋਧ ਦੇ ਵਿੱਚ। ਕੇਰਲਾ ਦੇ ਚੀਫ ਮਿਨਿਸਟਰ ਨੇ, ਈਵਨ ਮਦਰਾਸ ਦੇ ਵਿੱਚ, ਕਰਨਾਟਕਾ ਦੇ ਵਿੱਚ, ਈਵਨ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਇਹ ਲਹਿਰਾਂ ਚਲਾਈਆਂ ਕਿ ਅਸੀਂ ਇਸ ਕਾਨੂੰਨ ਨੂੰ ਨਹੀਂ ਮੰਨਾਂਗੇ, ਇਹ ਇਟਸ ਐਂਟੀ ਫੈਡਰਲ। ਕਹਿੰਦੇ ਕੇਂਦਰ ਸਰਕਾਰ ਨੂੰ ਕੀ ਅਧਿਕਾਰ ਆ ਕਿ ਸਾਡੇ ਲੋਕਾਂ ਦਾ ਇਹ ਤੈਅ ਕਰੇ ਕਿ ਉਹਨਾਂ ਨੇ ਕੀ ਖਾਣਾ ਕੀ ਨਹੀਂ ਖਾਣਾ। ਤਾਂ ਇਹ ਬਹੁਤ ਸਾਰੇ ਇਹਦੇ ਵਿਰੋਧ ਦੇ ਵਿੱਚ ਗੱਲਾਂ ਆਈਆਂ ਸੀ ਉਸ ਟਾਈਮ ਦੇ ਉੱਤੇ, ਤਾਂ ਹੁਣ ਇਹਨੂੰ ਉਹ ਜਦੋਂ ਇੰਨਾ ਜ਼ਿਆਦਾ ਵਿਰੋਧ ਪੈਦਾ ਹੋਇਆ, ਈਵਨ BJP ਦੇ ਜਿਹੜੇ ਆਸਾਮ ਅਤੇ ਮਿਜ਼ੋਰਮ ਦੇ ਗਰੁੱਪ ਸੀਗੇ ਉਹਨਾਂ ਨੇ ਵੀ ਵਿਰੋਧ ਕੀਤਾ, ਤਾਂ ਸਰਕਾਰ ਇਹਨੂੰ ਰਿਵਿਊ ਕਰਨ ਲਈ ਕੁਝ ਰਾਜੀ ਵੀ ਹੋ ਗਈ ਸੀ। ਹੁਣ ਸੁਪਰੀਮ ਕੋਰਟ ਦਾ ਡਿਸੀਜਨ ਆ ਗਿਆ, ਤਾਂ ਲਾਜ਼ਮੀ ਹੈ ਕਿ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ ਸਰਕਾਰ ਇਹਦੇ ਰਿਵਿਊ ਕਰੇਗੀ। ਹੋ ਸਕਦਾ ਜਿਹੜੀ ਟ੍ਰੇਡ ਦੇ ਉੱਤੇ ਲਾਈਆਂ ਹੋਈਆਂ ਪਾਬੰਦੀਆਂ ਸੀ ਇਹਨਾਂ ਨੂੰ ਚੈੱਕ ਰੱਖਿਆ ਜਾਵੇ। ਦੂਜਾ, ਜਿਹੜੇ ਗੈਰ ਲਾਇਸੈਂਸ ਦੇ ਆਧਾਰ 'ਤੇ ਬਹੁਤ ਸਾਰੇ ਸਲੋਟਰ ਹਾਊਸ ਚੱਲਦੇ ਸੀ ਉਹਨਾਂ 'ਤੇ ਲਾਜ਼ਮੀ ਕਾਰਵਾਈ ਹੋਵੇਗੀ, ਅਤੇ ਹੋ ਵੀ ਰਹੀ ਹੈ। ਖਾਸ ਤੌਰ 'ਤੇ UP ਦੇ ਵਿੱਚ ਅਸੀਂ ਦੇਖਿਆ ਕਿ ਮਾਰਚ ਦੇ ਵਿੱਚ ਜਦੋਂ ਤੋਂ ਉੱਥੇ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣੇ ਨੇ, ਜਿੰਨੇ ਵੀ ਗੈਰ ਲਾਇਸੈਂਸੀ ਸਲੋਟਰ ਹਾਊਸ ਚੱਲਦੇ ਸੀ ਉਹ ਤਕਰੀਬਨ ਸਾਰੇ ਬੰਦ ਕਰਾ ਦਿੱਤੇ ਗਏ ਨੇ। ਉਹਦੇ ਨਾਮ ਦੇ ਉੱਤੇ ਕੁਝ ਵਿਜੀਲੈਂਟ ਗਰੁੱਪਾਂ ਨੇ ਦੂਜਿਆਂ 'ਤੇ ਵੀ ਭਾਵੇਂ ਥੋੜ੍ਹਾ ਬਹੁਤ ਸਖਤੀ ਕੀਤੀ, ਵਿਰੋਧ ਕੀਤਾ, ਪਰ ਹਾਂ ਥੋੜ੍ਹਾ ਰੈਗੂਲਰ ਹੋ ਜੂਗੀ ਇੰਡਸਟਰੀ, ਇਹਦੇ ਨਾਲ ਇਹ ਜ਼ਰੂਰ ਮੰਨਿਆ ਜਾਊਗਾ ਕਿ ਕੋਈ ਲਾਇਸੈਂਸ ਲੈਣ ਦੀਆਂ ਧਾਰਾਵਾਂ ਫਿਕਸ ਹੋਣਗੀਆਂ, ਉਸ ਆਧਾਰ ਦੇ ਉੱਤੇ ਨਵੀਂ ਇੰਡਸਟਰੀ ਡਿਵੈਲਪ ਹੋਊਗੀ ਵੱਡੇ ਪੱਧਰ ਦੇ ਉੱਤੇ ਹੋਊਗੀ। ਜਿਵੇਂ ਅੱਜ ਤੱਕ ਕੇਵਲ 27 ਕੁ ਉਦਯੋਗ ਅਜਿਹੇ ਨੇ ਜਿਹੜੇ ਕਿ ਮਾਡਰਨ ਨੇ, ਵਰਲਡ ਪੱਧਰ ਦੇ ਹਿਸਾਬ ਦੇ ਨਾਲ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ, ਤਾਂ ਉਹਨਾਂ ਕੋਲ ਲਾਇਸੈਂਸ ਵੀ ਆ। ਤਾਂ ਜਿਹੜੀ ਅੱਗੇ ਛੋਟੇ ਛੋਟੇ ਥਾਵਾਂ ਦੇ ਉੱਤੇ ਵੈਸੇ ਹੀ ਛੋਟੇ ਛੋਟੇ ਲੋਕ ਜਿਹੜੇ ਬਿਨਾਂ ਲਾਇਸੈਂਸ ਤੋਂ ਇਹ ਕਾਰਵਾਈ ਕਰਦੇ ਸੀ, ਉਹਨਾਂ ਨੂੰ ਕੁਝ ਪਰੇਸ਼ਾਨੀਆਂ ਜ਼ਰੂਰ ਆਉਣਗੀਆਂ, ਹਲੇ ਵੀ ਆਉਣਗੀਆਂ, ਕਿਉਂਕਿ ਲਾਇਸੈਂਸ ਲੈਣਾ ਪਊਗਾ। ਹੁਣ ਸਲੋਟਰ ਹਾਊਸਿਸ ਨੂੰ ਜਿਹੜੇ 4000 ਕੋਲ ਲਾਇਸੈਂਸ ਸੀ, 25000 ਕੋਲ ਨਹੀਂ ਸੀ, ਤਾਂ ਉਹ ਤੋਂ ਇਲਾਵਾ ਇਹ ਇੰਡਸਟਰੀ ਦੇ ਵਿੱਚ ਬਹੁਤ ਸਾਰਾ ਸਕੋਪ ਹੈ ਇੰਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਤੌਰ 'ਤੇ ਲੈਦਰ ਇੰਡਸਟਰੀ ਦੇ ਵਿੱਚ ਅਤੇ ਮੀਟ ਇੰਡਸਟਰੀ ਦੇ ਵਿੱਚ। ਠੀਕ ਆ, ਕਾਓ ਦੇ ਉੱਤੇ ਬਹੁਤ ਸਾਰੀਆਂ ਰੋਕਾਂ ਲੱਗਣਗੀਆਂ, ਸਟੇਟਸ ਨੇ ਕਾਨੂੰਨ ਬਣਾਏ ਨੇ, ਪਰ ਜਿਹੜਾ ਬਾਕੀ ਕਿਸਮ ਦਾ ਮੀਟ ਹੈ, ਬਫੈਲੋ ਦਾ ਮੀਟ ਹੈ, ਜਾਂ ਕਾਓ ਦੇ ਡੈਥ ਤੋਂ ਬਾਅਦ ਉਸ ਦਾ ਜਿਹੜਾ ਲੈਦਰ ਦੀ ਯੂਜ਼ ਹੋਣ ਦੀ ਕਪੈਸਿਟੀ ਹੈ ਇਹ ਕਾਫੀ ਵੱਧ ਜਾਏਗੀ, ਤਾਂ ਪਰ ਫਿਰ ਵੀ ਇੱਕ ਨਵੇਂ ਪ੍ਰਕਾਰ ਦੀ ਰਾਜਨੀਤੀ ਵੀ ਭਾਵੇਂ ਉੱਥੇ ਹੋ ਰਹੀ ਹੈ, ਪਰ ਉਦਯੋਗ ਦੀਆਂ ਨਵੀਆਂ ਸੰਭਾਵਨਾਵਾਂ ਵੀ ਇਹਦੇ 'ਚ ਪੈਦਾ ਹੋਣਗੀਆਂ, ਅਤੇ ਨਵੇਂ ਢੰਗ ਦੇ ਨਾਲ ਨਵੀਆਂ ਲਾਇਸੈਂਸਿੰਗ ਪਾਲਿਸੀ ਜਾਂ ਨਵੀਆਂ ਸ਼ਰਤਾਂ ਦੇ ਅਧੀਨ ਇਹ ਸਾਹਮਣੇ ਆਊਗਾ ਸਾਡੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਜੀ। ਥੈਂਕ ਯੂ। ਸੋ ਇਹ ਸੀ ਅੱਜ ਦਾ ਪ੍ਰਾਈਮ ਐਨਾਲਿਸਿਸ। ਕੱਲ੍ਹ ਨੂੰ ਇੱਕ ਨਵੇਂ ਟੌਪਿਕ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਜੀ। ਉਦੋਂ ਤੱਕ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।